ਸ਼ੱਕੀ ਕਿਰਨ ਨਾਲੇ ਚ ਡੁੱਬਣ ਨਾਲ ਸਤਾਈ ਮਜਨ ਦੀ ਗਈ ਜਾਨ। ਬਾਗਾ ਦੇ ਡੰਗਰ ਚੁਗਣ ਆਏ ਨਾ ਤੇ ਕਿਰਨ ਦੇ ਜਬੂਟੀ ਥੱਲੇ ਆ ਗਏ ਨਾ, ਉਹਦੇ ਸਤਾਈ ਡੰਗਰ ਮਰ ਗਏ ਨਾ ਤੇ ਬਾਕੀ ਦੇ ਕੋਈ ਦਸ ਲੱਭੇ, ਬਾਕੀ ਲੱਭਣ ਡੇ ਆ। 20 ਦੇ ਕਰੀਬ ਮੱਝਾਂ ਡੂੰਘੇ ਪਾਣੀ ਚ ਹੋਈਆਂ ਲਾਪਤਾ। ਇਹੀ ਡੰਗਰਾਂ ਨੂੰ ਲੈ ਕੇ ਆਉਂਦੇ ਪਏ ਸੀ ਤੇ ਗਰਮੀ ਬਹੁਤ ਸੀ ਤੇ ਡੰਗਰ ਜਾ ਵੜੇ, ਜਾ ਕੇ ਪਾਣੀ ਵਿੱਚ ਜਾ ਵੜੇ ਆ ਤੇ ਘੱਟੋ ਘੱਟ ਵੀ ਸਾਡੀਆਂ 20-25 ਦੇ ਲਾਗੇ ਲਾਗੇ ਮੱਝਾਂ ਜਿਹੜੀਆਂ ਉਹ ਲਾਪਤਾ ਹੈਗੀਆਂ ਵਾ ਤੇ 20-25 ਮੱਝਾਂ ਲਾਪਤਾ ਤੇ ਬਾਕੀ ਇਹੀ ਲੱਭ ਗਈਆਂ। ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੂਰ ਤੋਂ ਗੁਜਰਦੇ ਸ਼ੱਕੀ ਨਾਲੇ ਵਿੱਚ ਅੱਜ ਗੁੱਜਰ ਭਾਈਚਾਰੇ ਦੀਆਂ 27 ਮੱਝਾਂ ਪਾਣੀ ਵਿੱਚ ਡੁੱਬਣ ਕਾਰਨ ਮਰ ਗਈਆਂ, ਜਦਕਿ 23 ਮੱਝਾਂ ਕਿਰਨ ਨਾਲੇ 'ਚ ਲਾਪਤਾ ਹੋ ਗਈਆਂ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਗੁੱਜਰ ਯੂਸਫ ਪੁੱਤਰ ਨਵਾਬਦੀਨ ਨੇ ਕੀ ਦੱਸਿਆ, ਆਓ ਸੁਣਦੇ ਹਾਂ ਉਹਨਾਂ ਤੋਂ। ਹਾਂਜੀ ਮੈਂ ਪਹਿਲਾਂ ਆਪਣਾ ਨਾਮ ਦੱਸੋ ਜੀ। ਯੂਸਫ ਜਨਾਬ। ਪਿੰਡ ਕਿਹੜਾ ਜੀ? ਮੇਰੀ ਮਾਬਾਦ ਆ। ਕੀ ਵਾਕਿਆ ਹੋਇਆ ਅੱਜ? ਬਾਗਾ ਹੋਇਆ ਡੰਗਰ ਚੁਗਣ ਆਏ ਨਾ ਤੇ ਕਿਰਨ ਵਿੱਚ ਬੂਟੀ ਥੱਲੇ ਆ ਗਏ ਨਾ, ਦੇ ਸਦਾਈ ਡੰਗਰ ਮਰ ਗਏ ਨਾ ਤੇ ਬਾਕੀ ਦੇ ਕੋਈ ਦਸ ਲੱਭੇ, ਬਾਕੀ ਲੱਭਣ ਡੇ ਆ। ਕਿਰਨ ਸਾਹਿਬ ਨੀ ਇਹ ਪੂਰੀ ਜਿੱਕੇ ਲੱਗਾ, ਕਿਰਨ ਭਰੀ ਗਈ ਦੀ ਹੈ। ਕਿੰਨੇ ਵਜੇ ਦਾ ਵਾਕਿਆ ਹੈ? ਇਹ ਕੋਈ 10-11 ਵਜੇ ਦਾ ਵਾਕਿਆ ਹੈ। ਠੀਕ ਹੈ, ਤੇ ਕਿਹੜੇ ਕਿਹੜੇ ਡੰਗਰ ਕਿੰਨੇ ਕਿੰਨੇ ਮਰੇ ਨੇ? 8 ਡੰਗਰ ਯੂਸਫ ਦੇ, 10 ਡੰਗਰ ਬਸ਼ੀਰ ਦੇ। ਯੂਸਫ ਕੌਣ ਜੇ? ਹਾਂਜੀ ਯੂਸਫ ਆਏ। ਹਾਂਜੀ ਹੋਰ 10 ਡੰਗਰ ਬਸ਼ੀਰ ਦੇ, 5 ਡੰਗਰ ਰਵੀ ਦੇ ਆ। ਮੰਗ ਇਹ ਕਰਦੇ ਆ ਬਈ ਗੌਰਮੈਂਟ ਨੇ ਜਿਹਦੀ ਅਸੀਂ ਹੋਣੀ ਚਾਹੀਦੀ ਹੈ ਗਰੀਬਾਂ ਨੂੰ, ਅਸੀਂ ਸਾਡੇ ਕੋਲ ਖਾਣ ਵਾਸਤੇ ਕੁਝ ਨਹੀਂ, ਖਾਣ ਨੂੰ ਸਾਡੇ ਕੋਲ ਇਹੋ 2-2 ਮਹੀਆਂ ਮਿਲ ਜਾਂਦੀ, ਉਹ ਮਰ ਗਈਆਂ, ਰੋਟੀ ਆਟੇ ਤੋਂ ਮੇਰੇ ਕੱਪੜੇ ਤੋਂ ਰਹਿ ਗਏ ਆ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਹੋਈ ਕੋਈ ਸਾਡੀ ਮਦਦ ਕਰੇ। ਮੇਰਾ ਨਾਮ ਫਾਤਮਾ ਜੀ। ਕੀ ਹੋਇਆ, ਕੀ ਵਾਕਿਆ ਅੱਜ? ਇਹੀ ਡੰਗਰਾਂ ਨੂੰ ਲੈ ਕੇ ਆਉਂਦੇ ਪਏ ਸੀ ਤੇ ਗਰਮੀ ਬਹੁਤ ਸੀ ਤੇ ਡੰਗਰ ਜਾ ਵੜੇ, ਜਾ ਕੇ ਪਾਣੀ ਵਿੱਚ ਜਾ ਵੜੇ ਆ ਤੇ ਘੱਟੋ ਘੱਟ ਵੀ ਸਾਡੀਆਂ 20-25 ਦੇ ਲਾਗੇ ਲਾਗੇ ਮੱਝਾਂ ਜਿਹੜੀਆਂ ਉਹ ਲਾਪਤਾ ਹੈਗੀਆਂ ਵਾ ਤੇ 20-25 ਮੱਝਾਂ ਲਾਪਤਾ ਤੇ ਬਾਕੀ ਇਹੀ ਲੱਭ ਗਈਆਂ। ਨਹੀਂ ਮੱਝਾਂ ਅਸੀਂ ਸਾਈਡ ਤੇ ਚਾਰਦੇ ਪਏ ਸੀ, ਨਹਾਉਣ ਵਾਸਤੇ ਵਿੱਚ ਵੜੀਆਂ ਸੀ, ਗਰਮੀ ਬਹੁਤ ਜ਼ਿਆਦਾ ਸੀ ਤੇ ਵਿੱਚ ਹਰੀ ਬੂਟੀ ਸੀ ਤੇ ਵਿੱਚ ਜਾ ਵੜੀਆਂ ਤੇ ਵਿੱਚ ਬੂਟੀ ਆ ਗਈ। ਦੋ ਭੈਣਾਂ ਆਈਆਂ ਸੀ ਤੇ ਇੱਕ ਸਾਡਾ ਭਰਾ ਤੇ ਇੱਕ ਭਣਾਈ ਆਈ।